ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਸਮੇਤ ਹੋਰ ਅਕਾਲੀ ਆਗੂਆਂ ਵੱਲੋਂ ਅੱਜ ਲੋਕ ਸਭਾ ਦੇ ਬਾਹਰ ਬੰਦੀ ਸਿੱਖਾਂ ਦੀ ਰਿਹਾਈ ਨੂੰ ਲੈ ਕੇ ਰੋਸ ਮੁਜ਼ਾਹਰਾ ਕੀਤਾ ਗਿਆ ਅਤੇ ਭਾਜਪਾ ਦੇ ਆਗੂਆਂ ਅੱਗੇ ਬੰਦੀ ਸਿੱਖਾਂ ਨੂੰ ਰਿਹਾ ਕਰਨ ਦੇ ਲਈ ਭਾਰਤ ਸਰਕਾਰ ਦੀ ਵਚਨਬੱਧਤਾ ਨੂੰ ਯਾਦ ਕਰਵਾਇਆ ਗਿਆ। ਇਸ ਤੋਂ ਬਾਅਦ ਹੁਣ ਭਾਜਪਾ ਆਗੂ ਅਤੇ ਕਿਸੇ ਸਮੇਂ ਅਕਾਲੀ ਦਲ ਦੇ ਨਾਲ ਰਹੇ ਮਨਜਿੰਦਰ ਸਿੰਘ ਸਿਰਸਾ ਨੇ ਅਕਾਲੀ ਦਲ ਦੇ ਇਸ ਰੋਸ ਮੁਜ਼ਾਹਰੇ ਨੂੰ ਨੌਟੰਕੀ ਕਰਾਰ ਦਿੱਤਾ ਹੈ। ਉਹਨਾਂ ਕਿਹਾ ਹੈ ਕਿ ਜਦੋਂ ਪੰਜਾਬ ਦੇ ਵਿੱਚ ਅਕਾਲੀ ਦਲ ਦਾ ਸਭ ਕੁਛ ਖਤਮ ਹੋ ਗਿਆ ਹੈ ਤਾਂ ਹੁਣ ਅਕਾਲੀ ਦਲ ਨੂੰ ਬੰਦੀ ਸਿੱਖਾਂ ਦੀ ਰਿਹਾਈ ਚੇਤੇ ਆ ਗਈ ਹੈ, ਲੇਕਿਨ 2019 ਤੋਂ ਲੈ ਕੇ 2022 ਤੱਕ ਉਹਨਾਂ ਨੂੰ ਕਦੇ ਵੀ ਬੰਦੀ ਸਿੱਖਾਂ ਦੀ ਰਿਹਾਈ ਚੇਤੇ ਨਹੀਂ ਆਈ। ਜਦਕਿ ਹਰਸਿਮਰਤ ਕੌਰ ਬਾਦਲ ਭਾਜਪਾ ਦੀ ਕੇਂਦਰ ਸਰਕਾਰ ਦੇ ਵਿੱਚ ਕੈਬਨਿਟ ਮੰਤਰੀ ਵੀ ਰਹਿ ਚੁੱਕੇ ਨੇ। ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਜੀ ਪਾਰਲੀਮੈਂਟ 'ਚ ਨੌਟੰਕੀ ਕਰ ਰਹੇ ਨੇ, ਦਰਵਾਜ਼ੇ 'ਤੇ ਰੋਕ ਰੋਕ ਕੇ ਖੜ੍ਹੇ ਹੋ ਕੇ ਕਹਿ ਰਹੇ ਨੇ ਜੀ ਬੰਦੀ ਸਿੰਘ ਛੁਡਾਉਣ ਆਏ ਆ, ਬੰਦੀ ਸਿੰਘ ਛੱਡੋ, ਅਮਿਤ ਸ਼ਾਹ ਜੀ ਨੂੰ ਰੋਕ ਕੇ, ਰਾਜਨਾਥ ਜੀ ਨੂੰ ਰੋਕ ਕੇ, ਗਡਕਰੀ ਨੂੰ ਰੋਕ ਕੇ ਕਹਿ ਰਹੇ। ਦੇਖੋ ਜੀ 2019 'ਚ ਪ੍ਰਧਾਨ ਮੰਤਰੀ ਜੀ ਨੇ ਕਿਹਾ ਅਸੀਂ ਛੱਡ ਨਹੀਂ ਰਹੇ, ਛੱਡ ਨਹੀਂ ਰਹੇ, ਛੱਡ ਨਹੀਂ ਰਹੇ, ਅਸੀਂ ਛੁਡਾਉਣ ਆਏ ਹਾਂ। ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ, ਹੱਥ ਜੋੜ ਕੇ ਬੇਨਤੀ ਕਰਕੇ ਆਪ ਜੀ ਨੂੰ ਪੁੱਛਣਾ ਚਾਹੁੰਦਾ, ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ, 2019 ਦੀ ਸਰਕਾਰ 'ਚ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਵਜ਼ੀਰ ਦੇ ਰੂਪ 'ਚ ਸਹੁੰ ਚੁੱਕੀ, ਤੁਹਾਨੂੰ ਉਦੋਂ ਵੀ ਬੰਦੀ ਸਿੱਖ ਚੇਤੇ ਨਾ ਆਏ। 2 ਸਾਲ ਤੱਕ ਮੰਤਰੀ ਰਹੇ, ਤੁਹਾਨੂੰ ਉਦੋਂ ਵੀ ਇੱਕ ਬੰਦੀ ਸਿੰਘ ਚੇਤੇ ਨਾ ਆਏ। 2019 ਨਿਕਲ ਗਿਆ, 2020 ਨਿਕਲ ਗਿਆ, 2021 ਨਿਕਲ ਗਿਆ, 2022 ਆ ਗਿਆ। ਜਦੋਂ ਸਭ ਕੁਛ ਟੁੱਟ ਗਿਆ, ਜਦੋਂ ਪੰਜਾਬ ਦੇ ਲੋਕਾਂ ਤੁਹਾਨੂੰ ਨਕਾਰਤਾ, ਅਕਾਲੀ ਦਲ ਨੇ ਮਤੇ ਪਾ ਤੇ ਕਿ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨ ਹਟਾਓ, ਤੇ ਹੁਣ ਤੁਹਾਨੂੰ ਬੰਦੀ ਸਿੱਖ ਚੇਤੇ ਆ ਗਏ। ਮੈਂ ਤੁਹਾਨੂੰ ਯਾਦ ਕਰਾਉਣਾ ਚਾਹੁੰਦਾ ਹਾਂ, ਇਹ ਬੰਦੀ ਸਿੱਖਾਂ ਦੀ ਲੜਾਈ ਨਹੀਂ, ਲੜਾਈ ਤੁਹਾਡੇ ਅਸਤਿਤਵ ਦੀ ਆ, ਤੁਹਾਡੇ ਵਜੂਦ ਦੀ ਆ। ਬਿਊਰੋ ਰਿਪੋਰਟ, ਜਗਬਾਣੀ ਟੀਵੀ।